ਚੱਲ ਚੱਲੇ ਗੁਰਨਿਵਾਜ ਮੱਥਾ ਟੇਕਣ ਗੁਰਦੁਆਰਾ ਸਾਹਿਬ ਸਵੇਰੇ ਸਵੇਰੇ। ਹਾਂਜੀ ਤੇ ਹੁਣ ਅਸੀਂ ਉੱਠ ਚੁੱਕੇ ਬਾਹਰ ਨਿਕਲਣ ਲੱਗੇ ਤੇ ਵੀਰ ਆਇਆ ਸੀ ਤੇ ਗੁਰਨਿਵਾਜ ਕੋਲ ਨਹੀਂ ਡਿਆ ਤੇ ਛਿੱਤਰ ਲੱਗਾ ਉਹਨੂੰ ਫੇਰ ਤੇ ਆਪਾਂ ਨੇ ਛਡਾਉਣਾ ਨਾ ਦੋਵਾਂ ਦੀ ਲੜਾਈ ਹੋ ਗਈ। ਆਪਾਂ ਤੇ ਛਡਾਉਣਾ ਅੱਜ ਖਾਓਗੇ ਜੁੱਤੀਆਂ। ਗੱਡੀ ਜਾਂਦਾ ਜਾਣਾ ਹੁਣ ਪੂਰਾ ਵੀ ਕਿਉਂ ਏ ਕੀ ਗੱਲ ਆ? ਇਹ ਉਦਣ ਦਾ ਵੇਹਰਿਆ ਜਿੱਦਣ ਦਾ ਤੜਕ ਆਏ ਨੀ ਅਸੀਂ ਹੱਸਣ ਡਿਆ। ਚੱਲ ਹਾ ਕਰਦੇ ਪਾਪਾ ਨੂੰ ਹਾ ਕਰਦੇ ਸੁਲਾ ਕਰ ਲੈਣੀ ਨੀ ਜੁੱਤੀ ਬੜੀ ਫਿਰਨੀ ਮੈਂ ਨੀ ਛਡਾਉਣਾ। ਗੁਰਨਿਵਾਜ ਆਹੋ ਕੀ ਮਿੱਟੀ ਖਾਣੀ ਮਿੱਟੀ ਪੱਥਰ ਪੁਥਰ ਖਾਣੀ ਮਿੱਟੀ ਖਾਣੀ ਸਾਰੇ ਜਾਣੇ ਬੈਠੇ ਤੇ ਉਹ ਖੇਡਣ ਡੇ ਦੁਮੇ ਚ ਮਾਸੀ ਵੇਖਣ ਡੀ ਬਲੌਗ। ਓਏ ਲੜਿਓ ਨਾ ਚਪੇੜਾ ਲੱਗੇ ਮਾਰਨ ਇੱਕ ਵਜੇ ਤੇ ਵੇਖ ਲਿਆ ਮੈਂ। ਬਾਹਰ ਲੱਗ ਗਿਆ ਨਾ ਵੀਰ ਨਹੀਂ ਤੁਸੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਗੁਰਨਿਵਾਜ ਵੀਰ ਲੈ ਗਿਆ ਤੇ ਉਹ ਜਾਂਦਾ ਨੀ ਰੋਣ ਡਿਆ ਅੱਜ ਪਤਾ ਨੀ ਕੀ ਕਰਨ ਉਹਨੇ ਮੰਮੀ ਮੈਂ ਮਗਰ ਜਾਣਾ ਮੈਂ ਵੀ ਜਾਣਾ ਨਹੀਂ ਜਾਣ ਦੇਣਾ ਤੁਸੀਂ ਅੱਜ ਕੀ ਹੋਊਗਾ ਰੋ ਲੈਣ ਤੋਂ ਮਾਸਾ ਨੂੰ ਆਤਕ ਤਾਂ ਪਊਗੀ ਉਹਨੂੰ। ਭਾਈ ਬੈਗ ਬੂਗ ਤਿਆਰ ਕਰ ਲਿਆ ਮਾੜਾ ਜਿਹਾ ਇਹਨਾਂ ਨੂੰ ਮਿਲ ਲਈਏ ਫਿਰ ਚੱਲਦੇ ਹਾਂ ਤੇ ਹੈਡਫੋਨਾਂ ਦਾ ਬਹੁਤ ਬਗੋਚ ਆਇਆ ਮੈਨੂੰ ਕੱਲ੍ਹ ਔਨਲਾਈਨ ਆਰਡਰ ਕੀਤੇ ਹੁਣ ਦੋ ਦਿਨ ਲੱਗ ਗਏ ਆਉਣ ਲੱਗੇ ਮੈਂ ਕਿਹਾ ਆਪਣੇ ਰਿਓਸੇ ਵਾਲੇ ਪੈਸੇ ਖਰਚ ਦਿੰਦੇ ਕਿ ਮੇਰੀ ਚੀਜ਼ ਗੁਆਚੀ ਹੁੰਦੀ ਤੇ ਮੇਰਾ ਚਾਰਜਰ ਗੁਆਚਿਆ ਗਾਲਾਂ ਕੱਢ ਕੱਢ ਮੈਨੂੰ ਲਾਇਆ ਇੱਦਾਂ ਕਰਦਾ ਨਾ ਮੈਂ ਆਹੋ ਬੈਠਾ ਗੱਡੀ 'ਚ ਜਾ ਕੇ ਬੜਾ ਚਾਦਰ ਬੰਦਾ ਜੀ ਇਹ ਬੜਾ ਚਾਦਰ ਬੰਦਾ ਜੀ ਮੰਮੀ ਧਿਆਨ ਨਾ ਆਇਓ ਪੈਰ ਨਾ ਤਲਕਾ ਲਿਓ ਕਿਤੇ ਹੁਣ ਪੌੜੀਆਂ ਥਾਣੀ ਆਇਓ ਆਹ ਖੋਲ ਬਾਰੀ ਜੀ ਸ਼ੀਸ਼ਾ ਖੋਲ ਬਾਏ 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 ਗੰਦੂ ਬਾਏ ਗੋਦੀ 'ਚ ਬਹਾ ਕੇ ਚਲਾ ਇੱਥੇ ਡਰਦਾ ਆ ਸਾਈਡ 'ਤੇ ਵੱਖਰੀ ਗੱਲ ਆ ਕੰਮ ਤਾਂ ਸਿਰਫ ਉਹਨਾਂ ਦਾ ਇੱਕ ਦਿਨ ਦਾ ਅੱਜ ਦਾ ਔਰ ਕੱਲ ਦਾ ਰਹਿ ਗਿਆ ਕਿਉਂਕਿ ਕੱਲ ਸਫਾਈ ਸਾਰੀ ਕਰਨਗੇ ਅੱਜ ਥੋੜੀਆਂ ਜਿਹੀਆਂ ਪਲੇਟਾਈਆਂ ਰਹਿ ਗਈਆਂ ਹੋਣ ਪਰ ਜੇ ਆਏ ਨਾ ਤੇ ਫਿਰ ਮੁਸ਼ਕਿਲ ਮੈਨੂੰ ਲੱਗਦਾ ਹੋ ਜੂ ਕਾਫੀ ਇਹਦੀ ਜੇ ਨਾ ਆਏ ਤੇ ਹੁਣ ਮੈਂ ਮੰਮੀ ਨੀ ਚੱਲ ਗਈ ਆ ਮਾਸੀ ਨਾ ਗੁਰਨਿਵਾਜ ਵੀ ਚਾਰ ਚੱਲ ਗਿਆ ਤੇ ਮੈਂ ਬਣਾ ਲੱਗੀ ਜਿਹੜਾ ਸੁੱਟਾ ਵੀਡੀਓ ਉਹਨੂੰ ਅਪਲੋਡ ਕਰਕੇ ਉਸ ਤੋਂ ਬਾਅਦ ਆਪਾਂ ਕੋਈ ਕੰਮ ਹੋਊਗਾ ਘਰੇ ਕਰਾਂਗੇ ਨਹੀਂ ਤੇ ਰੈਸਟ ਅੱਜ ਪੂਰਾ ਰੈਸਟ ਡੇ ਹੀ ਆ ਸਾਡਾ ਅੱਜ ਕਿਤੇ ਨਹੀਂ ਜਾਣ ਦਾ ਰੱਦਾ ਹੈਗਾ ਮੇਰਾ ਅਤੇ ਮਿਸਤਰੀਆਂ ਦੀ ਟੈਨਸ਼ਨ ਕਿ ਮਿਸਤਰੀ ਆ ਜਾਣ ਬਸ ਹੁਣ ਹਾਂਜੀ ਕੰਮ ਕਰਦੇ ਸੋਹਣੇ ਲੱਗੀ ਦਾ ਅੱਜ ਮੇਰਾ ਦਿਨ ਟਾਈਮ ਪਾਸ ਨਹੀਂ ਹੋਏਗਾ ਗੁਰਨਿਵਾਜ ਨਹੀਂ ਨਾ ਕਰਾਂਗੇ ਅੱਗੇ ਸੁੱਤਾ ਹੁੰਦਾ ਫਿਰ ਵੀ ਬੰਦਾ ਲੱਗਾ ਰਹਿੰਦਾ ਕਿ ਚੱਲ ਕੰਮ ਕਰ ਲੈ ਕੰਮ ਸਾਰੇ ਆਪਣੇ ਹੋ ਗਏ ਮੈਂ ਕੁੰਡੀ ਲਈ ਮੈਂ ਚੇਤੇ ਭੁੱਲ ਗਿਆ ਅਤੇ ਕੰਮ ਸਾਰੇ ਹੋ ਗਏ ਹੁਣ ਮੈਂ ਕਹੋਲੇ ਤਾਂ ਜਾਣ ਦੀ ਕਿ ਸੁੱਤੇ ਨਾ ਹੁਣ ਵੀ ਦੁਪਹਿਰ ਲੱਗੀ ਆ ਐਂ ਤਾਂ ਬੱਚਿਆਂ ਕਰਕੇ ਮੰਮੀ ਆਈ ਸ਼ਾਂਤ ਗੱਲਾਂ ਬਾਤਾਂ ਮਾਰਨੇ ਵੈਸੇ ਜਾ ਕੇ ਵੇਖ ਲੈਂਦੇ ਇੱਧਰੋਂ ਲੋਕ ਲਾ ਜਾਈਏ ਅਤੇ ਸਾਡੇ ਅੱਜ ਮਿਸਤਰੀ ਆਏ ਨੀ ਸਭ ਤੋਂ ਜ਼ਿਆਦਾ ਗੁੱਸਾ ਨੂੰ ਉਹਨਾਂ ਚੜ੍ਹਨ ਦਿਆ ਪਰ ਅਸੀਂ ਤਾਂ ਆਖਣ ਕਿ ਇੱਕ ਦੋ ਦਿਨ ਦਾ ਹੀ ਕੰਮ ਰਹਿ ਗਿਆ ਚੁੱਪ ਕੀਤੇ ਰਹੀ ਤਾਂ ਕੀ ਕਰ ਲੈਣਾ ਫਿਰ ਬੰਦਾ ਹੁਣ ਅੱਜ ਸਫਾਈ ਕਰਾਈ ਤਾਂ ਕਿੰਨੀ ਆ ਸਾਰੇ ਹੁਣ ਦੀਵਾਲੀ ਦੀ ਸਫਾਈ ਚੱਲਣ ਦੀ ਅਤੇ ਇਹਨਾਂ ਘਰ ਦੇ ਖਲੋਣ ਜੀ ਨਹੀਂ ਖਾਂਦੇ ਬਹੁਤ ਮੈਨੂੰ ਲੱਗੀ ਭੁੱਖ ਘਰ ਕੋਈ ਵੀ ਨਹੀਂ ਹੈਗਾ ਮੈਂ ਪਰੌਂਠੀਆਂ ਲਾ ਖਾਂਦੇ ਉਹਨਾਂ ਚਿਰ ਅਤੇ ਇਕੱਲੇ ਬੰਦੇ ਟਾਈਮ ਪਾਸ ਹੋਣੀ ਤਾਂ ਜੀਆਂ ਨਾਲ ਘਰ ਸੋਹਣੇ ਲੱਗਦੇ ਆਂਦਾ ਆਪਣਾ ਘਰ ਕਿੱਥੋਂ ਗਿਆ ਤੇਰੇ ਪਤਾ ਮੰਮਾ ਜੀ ਨਹੀਂ ਲੱਗਾ ਤੇਰੇ ਬਿਨਾ ਹੈ ਗੁਰਨਿਵਾਜ ਮੂੰਹ ਸਾਫ਼ ਕਰ ਲਓ ਮੂੰਹ ਸਾਫ਼ ਕਰ ਲਓ ਆਪਣਾ ਹੈ ਇਹ ਬੜਾ ਸੋਹਣਾ ਪੁੱਤ ਆ ਉਹ ਤਾਂ ਦੋਸਤ ਲੱਭਾਂ ਦਿਆ ਤੈਨੂੰ ਬੜੇ ਚੇਤਾ ਫੈਮਲੀ ਨਾਲ ਚਾਹ ਪੀਣ ਦਾ ਮਜ਼ਾ ਕੁਝ ਅਲੱਗ ਹੁੰਦਾ ਹੁਣ ਮੰਮੀ ਹੁਣੀ ਆਏ ਤਾਂ ਚਾਹ ਮੈਂ ਉਡੀਕਣ ਨਹੀਂ ਘਰ ਆਇਆ ਖਾਲੀ ਖਾਲੀ ਲੱਗਣ ਦਿਆ ਸੀ ਗੁਰਨਿਵਾਜ ਬਿਨਾਂ ਬਿਲਕੁਲ ਵੀ ਰੌਣਕ ਜਿਹੜੀ ਘਰ ਦੇ ਵਿੱਚ ਨਹੀਂ ਹੈਗੀ ਹੁਣ ਪੀਂਦੀ ਹਾਂ ਚਾਹ ਹਾਂਜੀ ਮੈਂ ਹੁਣੇ ਬੈਠੀ ਸੀ ਅਤੇ ਗੁਰਸ਼ਰਨ ਦਾ ਫੋਨ ਆ ਗਿਆ ਕਿ ਉਹਨੂੰ ਕੋਈ ਕੰਮ ਸੀ ਉਹਨਾਂ ਨੇ ਨਾ ਵੀਰ ਜੀ ਨੂੰ ਬਾਹਰ ਸਮਾਨ ਸਮੂਨ ਭੇਜਣਾ ਸੀ ਅਤੇ ਉਹ ਕੰਬਲ ਦਾ ਵੇਟ ਜਿਹੜਾ ਸੀ ਉਹਨੂੰ ਕੁਛ ਕਰਾਉਣਾ ਸੀਗਾ ਅਤੇ ਉਹਦੇ ਕਰਕੇ ਉਹ ਕਹਿੰਦਾ ਕਿ ਆ ਚੱਲੀ ਗਈ ਜਿੱਦਾਂ ਜਿਹੜੇ ਛੋਟੇ ਭੈਣ ਭਰਾ ਹੁੰਦੇ ਹਮੇਸ਼ਾ ਨਾ ਆਪਣੇ ਭੈਣਾਂ ਨੂੰ ਪਿਆਰ ਕਰਦੇ ਉਹ ਮੈਨੂੰ ਵੈਸੇ ਵੀ ਹਰ ਜਗ੍ਹਾ ਤੋਂ ਨਾਲ ਲੈ ਕੇ ਜਾਂਦਾ ਹੁੰਦਾ ਸੀ ਥੋੜ੍ਹਾ ਮੈਂ ਬਿਜ਼ੀ ਹੋ ਗਈ ਹਾਂ ਗੁਰਨਿਵਾਜ ਕਰਕੇ ਫਿਰ ਥੋੜ੍ਹਾ ਘੱਟ ਗਿਆ ਮੈਨੂੰ ਮੈਂ ਹੀ ਇਹਨੂੰ ਕਹਿ ਬੈਠੀ ਮੈਨੂੰ ਕੀ ਕਰਨੀ ਮੈਂ ਕਿਹਾ ਮੈਂ ਵਿਹਲੀ ਬੈਠੀ ਹਾਂ ਬੋਰ ਹੋਣੀ ਆ ਤਾਂ ਚੱਲੀ ਸ਼ਹਿਰ ਤੇ ਹੁਣ ਮੈਂ ਇਹਨੂੰ ਐਵੇਂ ਕਹਿ ਬੈਠੀ ਨਿਕਲ ਤੇ ਹੁਣ ਆਉਂਦਾ ਨਹੀਂ ਤੈਨੂੰ ਲੈ ਕੇ ਜਾਣਾ ਤੈਨੂੰ ਲੈ ਕੇ ਜਾਣਾ ਆ ਚੱਲੀਏ ਹੁਣ ਭਾਵੇਂ ਆਉਣ ਜਾਵੇ ਮੇਰੀ ਕੋਈ ਤਿਆਰੀ ਨਹੀਂ ਹੈਗੀ ਸੀ ਮੇਰਾ ਇਰਾਦਾ ਵੀ ਗੁਰਨਿਵਾਜ ਨੂੰ ਨਾਲ ਫਿਰ ਵੀ ਘੁੰਮ ਫਿਰੋ ਇਕੱਲਾ ਵਿਚਾਰਾ ਘਰੇ ਕੀ ਕਰੂਗਾ ਤੇ ਕਿਉਂਕਿ ਅੱਗੇ ਸਗੋਂ ਮੰਮੀ ਨੂੰ ਸਵੇਰ ਦੇ ਗਈ ਉਦੋਂ ਮੈਂ ਜਾ ਸਕਦੀ ਹਾਂ ਉਦੋਂ ਮੈਂ ਵੀ ਨਹੀਂ ਗਈ ਤੇ ਹੁਣ ਅਸੀਂ ਚੇਂਜ ਕਰਦੇ ਹਾਂ ਫਿਰ ਚੱਲਦੇ ਹਾਂ।
ਕੋਈ ਭੈਣਾਂ ਮਿਲ ਹੀ ਪੈਂਦੀਆਂ, ਫਿਰ ਮੈਨੂੰ ਆਪ ਨੂੰ ਚੰਗਾ ਲੋਕ ਯਾਰ ਨਾ ਗੁਰਨਵਾਜ ਕਰਕੇ ਮੈਂ ਛੇਤੀ ਛੇਤੀ ਇੱਦਾਂ ਤੁਰ ਪੈਂਦੀ ਨੀ, ਫਿਰ ਜਦੋਂ ਕੋਈ ਉੱਥੇ ਮੈਨੂੰ ਮਿਲੂਗਾ ਬਾਅਦ ਚ ਮੇਰੀ ਸ਼ਰਮ ਜੀ ਆਊਗੀ ਕਿ ਉਹਨਾਂ ਨੇ ਕਹਿਣਾ ਇਹ ਕਿੱਦਾਂ ਬਣੀ, ਆਹ ਸੂਟ ਤਾਂ ਮੈਂ ਘਰੇ ਪਾਇਆ ਹੈ ਤੇ ਹੁਣ ਮੈਂ ਚੇਂਜ ਕਰਦੀ ਹੁਣ ਚਲੋ ਆਹ ਜਾਵੇ ਅੱਜ ਕਿੱਥੇ ਤਿਆਰੀ ਕਰ ਚਲੀ ਸੋਨੇ ਨੇ ਹੈਂ ਚਲੋ ਚੱਲੀ ਚਲੋ ਚੱਲੀਏ ਕੱਪੜੇ ਨੀ ਗੰਦੇ ਕਰਨੇ ਬੇਟਾ ਗੁਰਨਵਾਜ ਕਰੋ ਇਹ ਬਹਾਨਾ ਬਣ ਜਾਂਦਾ ਕਿੱਥੇ ਚੱਲਣਾ ਹੈ ਮਾਮੂ ਨਾਲ ਕਿੱਥੇ ਚੱਲਣਾ ਹੈ ਹੈਂ ਤੁਰੀਏ ਤੁਰੀਏ ਚਲੋ ਜੀ ਚਲੋ ਜੀ ਫੇਰ ਗੁਰਸ਼ਰਨ ਆਪਣੇ ਕੰਮ ਆ ਜਾਂਦਾ ਜਦੋਂ ਕਿਤੇ ਜਾਣਾ ਮੈਂ ਅੱਜ ਕੁਛ ਤੇਰੇ ਕੰਮ ਆਈ ਹੈ ਨਾ ਅੱਜ ਤੇ ਗੁਰਸ਼ਰਨ ਨੀ ਜਾਣਾ ਕੱਲ ਅਸੀਂ ਉੱਦਾਂ ਹੀ ਲੈ ਗਏ ਇਹਨੂੰ ਹੱਸੇ ਹੱਸੇ ਸੀ ਅੱਜ ਗੁਰਸ਼ਰਨ ਮੈਨੂੰ ਹੱਸੇ ਹੱਸੇ ਮੈਂ ਅੱਜ ਹੱਸੇ ਹੱਸੇ ਚ ਆਈ ਫਿਰ ਵੈਸੇ ਵੀ ਅੱਜ ਬੋਰ ਹੁੰਦੇ ਪਤਾ ਨੀ ਕੀ ਕਰ ਪਹਿਲਾਂ ਤਾਂ ਗੁਰਨਵਾਜ ਚੱਲ ਗਿਆ ਘਰੋਂ ਤੇ ਮੌਸਾ ਰੌਣਕ ਨੀ ਹੈਗੀ ਅੱਜ ਅਸਲ ਚ ਮੈਂ ਕੰਮ ਨੀ ਕਰਨ ਦੀ ਫ੍ਰੀ ਹਾਂ ਤੇ ਤਾਂ ਕਰਕੇ ਤੇ ਮਿਸਤਰੀਆਂ ਨੇ ਕਹਿ ਲੱਗੇ ਤੇ ਚਾਚੂ ਬਣਾ ਕੇ ਦੇਣੀ ਪੈਂਦੀ ਅੱਜ ਵਿਹਲੇ ਆਪਾਂ ਤੇ ਗੁਰਨਵਾਜ ਵੀ ਰਹਿੰਦਾ ਘੁੰਮੀ ਘੁੰਮੀ ਕਰਨ ਤੇ ਪਹਿਲਾਂ ਮਾਤਾ ਦੀ ਅਮਨ ਘੁੰਮ ਗਿਆ ਹੁਣ ਮੇਰੇ ਨਾਲ ਚੱਲਿਆ ਤੇ ਨਜ਼ਾਰੇ ਲੱਗੇ ਗੁਰਨਵਾਜ ਨੂੰ ਘੁੰਮਣ ਦੇ ਫਿਰਦੇ ਤੇ ਲੈਂਦਾ ਰਹਿੰਦਾ ਨਜ਼ਾਰੇ ਕੁਛ ਨਾ ਉੱਥੋਂ ਹੁੰਦਾ ਹੀ ਵੈਕਿਊਮ ਕਰਾਉਣਾ ਕੰਬਲ ਨੂੰ ਤੇ ਉੱਥੋਂ ਹੋਏ ਨੇ ਸਾਹਮਣੇ ਹੁਣ ਆਪਾਂ ਕੰਬਲ ਇੰਨੇ ਕਰਵਾ ਕੇ ਤੇ ਫਿਰ ਆਪਾਂ ਚੱਲਦੇ ਆ ਘਰਾਂ ਨੂੰ ਇੱਥੇ ਲਾ ਜਾਓ ਗੱਡੀ ਇੱਥੇ ਲੱਗ ਜਾਣੀ ਗੱਡੀ ਤੇ ਗੁਰਨਵਾਜ ਨੇ ਅੱਜ ਕੁਛ ਨੀ ਬਾਹਰੋਂ ਪਾਉਣਾ ਅੱਜ ਪੱਕਾ ਮਨ ਤਾਂ ਆਇਆ ਕੁਛ ਨੀ ਖਾਵਾਂਗੇ ਅੱਜ ਕੁਛ ਪੀਵਾਂਗੇ ਹਨਾ ਪਏ ਪਏ ਮਾਮੂ ਕੋ ਬਿਠਾ ਦੇ ਕਿਸ਼ਨ ਦੇ ਪਏ ਪਤਾ ਗੁਰਸ਼ਰਨ ਮੈਂ ਕਿਹਾ ਚੱਲੀਏ ਗੁਰਸ਼ਰਨ ਆਉਂਦਾ ਨਹੀਂ ਮੈਂ ਵੇਖਣਾ ਕੰਬਲ ਕਿੱਦਾਂ ਕਰਦੇ ਕਿਸ਼ਨ ਵੇਖ ਲਿਆ ਆਏ ਗੱਦਾ ਮੰਗਾਇਆ ਨਾ ਤੇ ਉਹ ਬੜਾ ਸੋਹਣਾ ਕੀਤਾ ਹੋਇਆ ਇੰਨੀ ਛੋਟੀ ਪੈਕਿੰਗ ਕੀਤੀ ਨਾ ਪਾ ਦੇਣਾ ਮੈਂ ਉਹਦਾ ਤਾਂ ਨੀ ਪੈਣਾ ਤੇਰਾ ਤਾਂ ਬਿਲਕੁਲ ਹੀ ਹੋ ਜੇ ਇੱਦਾਂ ਤਾਂ ਨੀ ਹੋਣਾ ਇਹ ਤਾਂ ਥੋੜ੍ਹਾ ਬਹੁਤ ਪਊਗਾ ਛੋਟਾ ਦਵਾਂ ਚਾਹੀਏ ਆਲੂ ਉਹ ਛੋਟਾ ਵੀ ਹੈ ਮੀਡੀਅਮ ਸਾਈਜ਼ ਦਾ ਆਲੂ ਐ ਬੋ ਬਿਠਾਇਓ ਗੁਰਮਨ ਦੇ ਸ਼ੋਪ ਤੋਂ ਪੁੱਛਦੇ ਰਹਾ ਪੁੱਛਦੇ ਗਾ ਤੇ ਸ਼ੋਪ ਤੋਂ ਕਿਹੜੀ ਜਗ੍ਹਾ ਗੁਰਨਵਾਜ ਦੇ ਕੱਪੜੇ ਲੈਂਦੇ ਆਪਾਂ ਲੈਂਦੇ ਆ ਗੁਰੂ ਨਾਨਕ ਵਾਲਿਆਂ ਕੋਲ ਬਹੁਤ ਸੋਹਣੇ ਹੁੰਦੇ ਇਹਨਾਂ ਦੇ ਸ਼ੋਪ ਹਾਂਜੀ ਸਰ ਕਾਫੀ ਜ਼ਿਆਦਾ ਹਨੇਰਾ ਹੋ ਚੁੱਕਿਆ ਇੱਥੇ ਤੁਸੀਂ ਘਰ ਗੁਰਨਵਾਜ ਨੂੰ ਛੱਡਤਾ ਤੇ ਉਹ ਕੋਕਲ ਜਾਂਦੇ ਆ ਜੀ ਤੇਰੇ ਕੱਢਣੀ ਨਾ ਆਉਂਦੀ ਤੇ ਵਿੱਚ ਵੇਖਾਂ ਜਾ ਮੇਰੇ ਕੋਕ ਮਿਲ ਜਾਵੇ ਅਸੀਂ ਕਿਸੇ ਦੇ ਢਾਬੇ ਤੇ ਪਹਿਲੀ ਵਾਰ ਆਏ ਹਾਂ ਹਾਂਜੀ ਇੱਦਾਂ ਨੀ ਮਿਲਣੀ ਪੈਸਾ ਨਾ ਮਿਲਣੀ ਪਤਾ ਇਹ ਨਾਲੇ ਪੀਣੀ ਨੀ ਆਪਾਂ ਜੋ ਮਰਜ਼ੀ ਹੋ ਜੇ ਤੇ ਗੁਰਨਵਾਜ ਪੂਰੀ ਕੱਢਣ ਪੈਣ ਜੇ ਹਾਂਜੀ ਆ ਜਾਓ ਗੁਰਨਵਾਜ ਬੇਟਾ ਆ ਜਾਓ ਇੱਧਰ ਅੱਜ ਫਿਰ ਆਪਾਂ ਗੁਰਨਵਾਜ ਦੇ ਕੱਪੜੇ ਤੇ ਸ਼ੂਜ਼ ਬਹੁਤ ਸੋਹਣੇ ਲਏ ਘਰ ਜਾ ਕੇ ਦਿਖਾਉਂਦੇ ਤੁਹਾਨੂੰ ਗੁਰਸ਼ਰਨ ਸਵਾਦ ਹੈ ਨਾ ਮੈਨੂੰ ਲੱਗਾ ਸ਼ਾਇਦ ਐਵੇਂ ਹੋਊਗਾ ਪਰ ਵਧੀਆ ਜਿੰਨਾ ਸਾਗ ਵੀ ਦਿੱਤਾ ਵਧੀਆ ਆਈਸਕ੍ਰੀਮ ਦਾਲ ਕਿੰਨਾ ਕੁਛ ਸੀ ਪ੍ਰਾਈਜ਼ ਬਹੁਤ ਘੱਟ ਹੈ ਬਾਕੀ ਮੈਂ ਬਿੱਲ ਬਿਲ ਫਿਰ ਤੁਹਾਨੂੰ ਦੱਸਦੇ ਹਾਂ ਪਰ ਵਧੀਆ ਲੱਗਾ ਮਿੱਟੀ ਖਾਣਾ ਵੈ ਅੱਧੀ ਰਾਤ ਹੋ ਗਈ ਤੇ ਵਿਚਾਰਾ ਚੱਲਿਆ ਧਿਆਨ ਆ ਜਾਈ ਤੇ ਜਾ ਕੇ ਫੋਨ ਕਰਦੀ ਠੀਕ ਹੈ ਮਿੰਟੋ ਮਿੰਟ ਭਜਾਈ ਜਾਈ ਹੁਣ ਐਕਟਿਵ ਹਨੇਰਾ ਬੜਾ ਹੋਇਆ ਏ ਘਰ ਘਰ ਚੱਲੋ ਦੀ ਇੱਕੋ ਗੱਲ ਪਾਉਣੀ ਬੋਰਡ ਕਿਹਨੂੰ ਤੇਰੀ ਬਣੀ ਆ ਤੂੰ ਫਿਰ ਹੱਕਦਾਰ ਆ ਨਾ ਅਸੀਂ ਤੇ ਵਿਚਾਰਿਆਂ ਦੀ ਬੋਰਡ ਹੀ ਨਹੀਂ ਬਣੀ ਤੇ ਅਸੀਂ ਤੇ ਐਵੇਂ ਗੱਲਾਂ ਗੁੱਲਾਂ ਵਾਲਿਆਂ 'ਚ ਹੀ ਆ ਪਿੰਡੋ ਪਿੰਡ ਰੌਲਾ ਚੱਲਣ ਦੇ ਉਹਦਾ ਵੋਟਾਂ ਦਾ ਪ੍ਰਚਾਰ ਆਪਣਾ ਲੇਟ ਪੈਣਾ ਕੁਛ ਰੱਬੋ ਚਿੱਤੇ ਬਾਅਦ ਜਦੋਂ ਬਾਜ਼ਾਰ 'ਚ ਬੀਬੀਆਂ ਉੱਡ ਜਾਂਦੀਆਂ ਫਿਰ ਨਿਕਲ ਮੱਝ ਕੀ ਚਿੱਕੜ ਚੋਂ ਨਿਕਲਦੀ ਐਵੇਂ ਜਨਾਨੀ ਪੇਕਿਆ ਜਾਂਦਾ ਮੱਝ ਚਿੱਕੜ ਚ ਨਿਕਲਣਾ ਬਸ ਦੇ ਪਤਾ ਕੀ ਆ ਦੇਣ ਹੈਗਾ ਸਿਆਲੀ ਮੈਂ ਕੁਛ ਕੁ ਸੂਟ ਲਏ ਪਿਛ ਲੈਣ ਲਏ ਕੁਝ ਨਾ ਇਹਦੇ ਗੁਰਨਵਾਜ ਦੇ ਬੂਟ ਲੈ ਕੇ ਬੜੇ ਸੋਹਣੇ ਤੇ ਜਾਣਾ ਵਾਂਡੇ ਥੋੜੇ ਦਿਨਾਂ ਤੱਕ ਘੁੰਮਣ ਲੈ ਸੱਚੀ ਜਾਣ ਦਹੀਂ ਤੇ ਉਹਦੇ ਲਈ ਲੈ ਕੇ ਆਈ ਤੇ ਫਿਰ ਮੁੜ ਕੇ ਬਾਅਦ ਵਿੱਚ ਮੈਂ ਵੇਖਣ ਦਿਆ ਵੀ ਤੇ ਉਹ ਫਿਰ ਕਿੰਨਾ ਟਾਈਮ ਟੂਮ ਲੱਗ ਗਿਆ
ਤੇ ਕਦੀ ਇਹਦੇ ਰੋਜ਼ ਦਿਹਾੜੀ ਕੱਪੜੇ ਲਿਆਉਣੇ ਪੈਂਦੇ, ਕਦੀ ਕੁਛ ਕਦੀ ਕੁਛ, ਸਿਆਲ ਆਉਂਦੇ ਨਾ ਹੁਣ ਤੇ ਉਹ ਅੱਜ ਮੈਂ ਕੁਛ ਬੜਾ ਕੱਢੇ ਬੜੇ ਸੋਹਣੇ ਮਿਲ ਗਏ, ਪਰ ਕੁਛ ਤੇ ਜ਼ਿਆਦਾ ਸਿਆਲ ਵਾਲੇ ਆ ਤੇ ਕੁਝ ਥੋੜੇ ਠੀਕ ਹੀ, ਉਹ ਮੈਂ ਕੱਢ ਲਏ ਅੱਜ ਤਿੰਨ ਚਾਰ ਸੂਟ ਮਿਲ ਗਏ ਮੈਨੂੰ ਵਧੀਆ ਘਰੋਂ। ਮੰਮੀ ਲਈ ਲੈ ਗਈ ਮੈਂ ਚੱਪਲਾਂ ਦੇ ਜੋੜੇ, ਕਿਉਂਕਿ ਸਾਡੇ ਘਰ ਚਾਰ ਪੰਜ ਜੋੜੇ ਹੈਗੇ ਆ, ਪਰ ਨਵੀਆਂ ਦਾ ਹੁੰਦਾ ਕਿ ਮੰਮੀ ਨੂੰ ਗੁੱਸਾ ਕਰ ਲੈਣਾ ਤੇ ਪੁੱਤਰ ਦੇ ਨਾਲ ਚੱਪਲਾਂ ਮੰਮੀ ਲੈ ਗਈ, ਆਪਣੀਆਂ ਨਹੀਂ ਲੈ ਗਈ ਕਵਲ, ਉੱਥੇ ਆਈਆਂ ਚੱਪਲਾਂ ਬੜੀਆਂ, ਪਰ ਤਾਂ ਥੋੜੀਆਂ ਉਹ ਸੀ, ਇੱਕ ਨਾ ਵਿਚਾਰਾ ਮੁੰਡਾ ਸੀ ਤੇ ਅੱਗੇ ਗੁਸਰਨ ਦਾ ਬੜਾ ਹਾਸਾ ਪਾਇਆ, ਮੈਂ ਅੱਜ ਕੱਲ੍ਹ ਭਲਾ ਕਰਦੇ ਕਰ ਉਹਦੇ ਜੁੱਤੀਆਂ ਦੁਕਾਨ ਤੇ, ਉਹ ਵਿਚਾਰੇ ਦੇ ਮਤਲਬ ਦਿੰਦਾ ਠੀਕ ਸੀ, ਮੇਰੇ ਕੋਲ ਪਹਿਲਾਂ ਕੁਆਰੇ ਹੁੰਦੇ ਜਾਂਦੇ, ਵਿਚਾਰਾ ਕਹਿੰਦਾ ਦੀਦੀ ਮੇਰੀ ਵੀਡੀਓ ਬਣਾ ਵੀ ਦੁਕਾਨ ਸਾਰੀ ਉੱਥੇ ਕਿਤੇ ਪਾਣੀ ਆ ਗਿਆ ਅੰਦਰ ਵਿਚਾਰੇ ਦੀ, ਸਾਰੀਆਂ ਲੱਕੀਆਂ ਖਰਾਬ ਹੋ ਗਈਆਂ ਵਿਚਾਰੇ ਗਰੀਬ। ਹੁਣ ਆਪਾਂ ਮੈਂ ਲਿਖ ਰਹੇ ਪਾਰਸਲ ਕਿੰਨੇ ਜੇ ਜਮਾ ਹੋਏ ਕਿੰਨੀ ਵਜੇ ਜੋਰ ਲਾਇਆ ਲੈ ਮੈਂ ਮੰਦੀ ਦੀਦੀ ਭੰਗੜਾ ਬਣਾ ਵਾਲ ਡੀ ਜੇ ਲੱਗੇ ਫੇਰ ਪੰਜੀ ਪਾਤਸ਼ਾਹ ਆ ਮੈਂ ਬੜਾ ਤੰਗ ਕਰ ਲਿਆ ਤੇਰੇ ਬੂਟ ਪਾਉਂਦੇ ਨਾ ਮੇਰੇ ਪਾਉਣੇ ਰੋਟੀ ਬਣਾ ਕੇ ਚੱਲੇ ਕਰਕੇ ਸਵੇਰੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ। ਬਾਏ ਬਾਏ ਸਾਰਿਆਂ ਨੂੰ।